ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ। ਇੱਥੇ ਕੌਣ ਸੀ ਯਾ ਢੇਰੀ ਲੱਗੀ? ਅੱਜ ਅਸੀਂ ਆਏ ਆ ਤੂੜੀ ਲੈਣ ਤੇ ਬੰਦੇ ਬਾਹਰੋਂ ਸੱਦੇ ਆ ਆਪਣੇ ਭਰਾ। ਆ ਭਰਾ ਆਪਣਾ ਬੈਲਜੀਅਮ ਤੋਂ ਆਏ ਨੇ 1.5 ਲੱਖ ਦੀ ਟਿਕਟ ਲੈ ਕੇ, ਤੇ ਆ ਭਾ ਸਾਡੇ ਭਾਜੀ ਕਤਰ ਤੋਂ ਆਏ ਨੇ 50,000 ਦੀ ਟਿਕਟ ਲੈ ਕੇ, ਤੇ ਉਹ ਭਰਾ ਸਾਡੇ ਅਮਰੀਕਾ ਵਾਲੇ 2.5 ਲੱਖ ਦੀ ਟਿਕਟ ਲੈ ਕੇ ਆਏ ਇੱਥੇ ਸਾਡੇ ਕੋਲ। ਕੁਝ ਕਹਿਣਾ ਚਾਹੋਗੇ ਤੁਸੀਂ? ਕਿੱਦਾਂ ਦਾ ਮਹਿਸੂਸ ਹੋ ਰਿਹਾ ਕਿ ਅੱਜ ਕਿ ਦਿਲ ਕਰਨ ਡਿਆ ਕਿ ਮਤਲਬ ਆ ਸੁੱਟਣ ਨੂੰ ਇੰਨੀ ਤੂੜੀ? ਉੱਥੇ ਮਜ਼ਦੂਰੀ ਕਰਨੀ, ਇੱਥੇ ਮਜ਼ਦੂਰੀ ਕਰਨੀ। ਹਾਂਜੀ ਬੈਲਜੀਅਮ ਵਾਲੇ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਮੈਂ ਕਿੱਦਾਂ ਦਾ ਲੱਗਣ ਡਿਆ ਕੋਈ ਤੂੜੀ ਅੱਜ ਢੋਈ ਜਾਏਗੀ ਅੰਦਰ ਵੜ ਜੂਗੀ ਕਿ ਨਹੀਂ? ਹਾਂ ਵਾੜ ਕੇ ਛੱਡਾਂਗੇ। ਹੈਂ, ਪੱਕੀ ਗੱਲ ਆ? ਪੱਕੀ ਗੱਲ ਆ। ਠੀਕ ਆ ਭਾਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਾਜੀ ਲੱਦ ਦੇਣੀ ਹੁਣ 10 ਮਿੰਟਾਂ 'ਚ, 5 ਮਿੰਟਾਂ 'ਚ ਲਾ ਦੇਣੀ ਆਪਾਂ। 2 ਤੇ 8 10 ਟਰਾਲੀਆਂ ਨੇ ਤੂੜੀ ਦੀਆਂ ਭਾਜੀ, ਹੁਣ ਗਏ। ਇਹ ਘਾਡਾ ਬੰਦਾ ਗਿਆ ਵਾ, ਬਹੁਤਾ ਢਿੱਲਾ, ਕੱਚਾ ਸਰੀਰ ਹੋਇਆ ਉਹਦਾ, ਪਰ 4 ਸ਼ੀਟਾਂ ਪਈਆਂ ਤੇ ਆਹ ਵੇਖੋ ਆ ਹੀ ਗਿਆ ਨਾ ਲਿਆ। ਆਹ ਵਿਚਾਰੇ ਦਾ ਭਾਅ ਦਾ ਵੀ ਕੱਚਾ ਕੱਚਾ ਸਰੀਰ ਰਹਿੰਦਾ। ਪਤਾ ਨੀ ਕਿਹੜੇ ਬਾਬੇ ਨੇ ਇਹਨੂੰ ਗੋਲੀ ਦੇ ਦਿੱਤੀ ਆ ਤੇ ਪਤਾ ਨੀ ਉਹ ਕਾਮਯਾਬ ਹੁੰਦੀ ਕਿ ਨਹੀਂ। ਇਹ ਭਾ ਰੀਪਰ ਤੇ ਜ਼ਿਆਦਾ ਰਹਿੰਦੇ ਨੇ। ਕਿੰਨੂੰ ਲਿਆ ਉਹ ਫੋਨ? ਆਹ ਵੇਖੋ 8 ਤੇ 2 10 ਟਰਾਲੀਆਂ ਨੇ, ਤੇ ਅੱਜ ਪਤਾ ਨੀ ਅੰਦਰ ਤੂੜੀ ਚੱਲ ਜੂਗੀ ਕਿ ਨਹੀਂ ਜਾਊਗੀ। ਬਾਕੀ ਮੀਂਹ ਦੇ ਵੀ ਆਸਾਰ ਬਣੇ ਹੋਏ ਆ, ਚਲੋ ਨਾ ਹੀ ਪਏ ਤੇ ਚੰਗੀ ਗੱਲ, ਸਾਡਾ ਕੰਮ ਹੋ ਜੂਗਾ। ਬਾਕੀ ਉਹ ਜਿਹੜਾ ਸਾਹਮਣੇ ਪਾਣਾ ਤਾਂ ਸਰੀਰ ਬੜਾ ਕੱਚਾ ਕੱਚਾ ਰਹਿਣ ਡਿਆ, ਪਤਾ ਨੀ ਕੀ ਗੱਲ। ਪਤਾ ਨੀ ਕਿਹੜੇ ਬਾਬੇ ਕੋਲ ਮੱਥਾ ਟੇਕ ਕੇ ਆਇਆ, ਪਤਾ ਨੀ ਕਹਿੰਦਾ ਉਦੋਂ ਤੋਂ ਸਰੀਰ ਕੱਚਾ ਕੱਚਾ ਹੋਣ ਡਿਆ। ਟਰਾਲੀ ਵੀ ਸਾਡੀ ਗਿੱਲੀ ਹੋ ਗਈ ਹੈ, ਰਾਤ ਦੀ ਮੀਂਹ ਪਿਆ, ਇੱਥੇ ਡੇ ਵਿਚਾਰੇ ਬਾਹਰੋਂ ਆ ਗਏ, 1.5-2 ਲੱਖ ਦੀਆਂ ਟਿਕਟਾਂ ਲੈ ਕੇ ਵਿਚਾਰੇ ਆਏ ਆ। ਇਹ ਸਾਡਾ ਸਵਰਾਜ 855 ਵਾਲੇ ਬੰਪਰ ਆਏ ਆ ਨਾ। ਬਸ ਆਹ ਟਰੈਕਟਰ ਦੀ ਇੱਕੋ ਖਾਸੀਅਤ ਆ ਕਿ ਤੇਲ ਬੜਾ ਮਚਾਉਂਦਾ ਏ। ਕਿੱਥੇ ਗਈ ਇਹਦੀ ਡੀਜ਼ਲ ਪੈਪ, ਤੁਹਾਨੂੰ ਵਿਖਾਉਂਦੇ ਆ। ਇਹੋ ਹੀ ਆ ਵੀ ਡੀਜ਼ਲ ਪੈਪ, ਇਹੋ ਹੀ ਵੀਰ ਆ, ਏਡੀ ਮੋਟੀ ਡੀਜ਼ਲ ਪੈਪ ਜੇ ਜਿਹੜੀ ਮਤਲਬ ਤੇਲ ਮਚਾਉਂਦੀ, ਚੱਲਦੇ ਹੀ ਸੋਹਣੇ ਲੱਗਦੇ, ਤੇਲ ਬੜੇ ਮਚਾਉਂਦੇ ਆ। ਬਾਕੀ ਧੱਕਾ ਟਰੈਕਟਰ ਆ, ਬੜਕ ਤਕੜੀ ਟਰੈਕਟਰ ਦੀ। ਸੈਲਫੀਆਂ ਲੈਣ ਡੇ ਮੁੰਡੇ, ਬਾਹਰੋਂ ਆਏ ਆ ਨਾ, ਫਿਰ ਆਦਤ ਪਈ ਆ ਬਾਹਰ ਦੀ। ਬੈਲਜੀਅਮ ਵਾਲੇ ਵੱਜਦੇ ਨੇ, ਆਹ ਬੰਦੇ ਦਾ ਸਰੀਰ ਕੱਚਾ ਕੱਚਾ, ਅੱਜ ਦਾ ਪੱਕਾ ਕਰਨਾ ਅੱਜ। ਤੂੜੀ ਵਧੀਆ ਬਣੀ ਵੀਰ, ਮੈਂ ਕਹਿੰਦਾ ਬਹੁਤੀ ਸ਼ਾਨਦਾਰ ਆ। ਹਾਂਜੀ ਅਮਰੀਕਾ ਵਾਲਿਆ, ਛੱਡੋ ਝਾੜੂ, ਕਰੀਏ ਸਟਾਰਟ ਕੰਮ ਹੁਣ। ਦਵਾਈ ਦਵਾਈ ਲਿਆਂਦੀ ਆਪਾਂ ਖੂਨ ਪਤਲਾ ਕਰਨ ਵਾਲੀ। ਚਲੋ ਭਾਜੀ ਕੋਈ ਗੱਲ ਨੀ, ਰਹਿਣ ਦੋ, ਬਸ ਕਰੋ ਹੁਣ। ਇੰਨੀ ਕੁ ਤੂੜੀ ਨੇ ਖਿੱਚ ਲੈਣੀ ਆ ਸਲਾਬ। ਚਲੋ ਬਈ ਹੁਣ ਆਪਣੇ ਆਪਣੇ ਹਥਿਆਰ ਫੜ ਲਈਏ ਤਾਂ ਮਿੰਟੋ ਮਿੰਟ ਹੀ ਕਰਦੀ ਹੈ ਕੰਮ। ਚਲੋ ਬਾਕੀ ਮੀਂਹ ਦਾ ਸਾਰ ਤੇ ਬਣਿਆ, ਚਲੋ ਨਾ ਹੀ ਪਏ ਤੇ ਚੰਗੀ ਗੱਲ ਆ। ਸਾਡੇ ਭਰਾ ਇਹ ਬੜੀ ਦੂਰੋਂ ਮੰਗੀ ਸੱਦੇ ਆ। ਚਲੋ ਠੀਕ ਆ, ਮਿਲਦੇ ਆ ਤੁਹਾਨੂੰ ਨੈਕਸਟ ਪਾਰਟ ਤੇ।